ਵਾਹ ਜੀ ਵਾਹ ਕੀ ਬਾਤ ਸਮੋਸੇ ਤਿਆਰ ਹੋਏ ਨੇ ਦੁਨੀਆ ਦੇ ਸਭ ਤੋਂ ਵੱਖਰੇ ਸਮੋਸੇ ਤੁਸੀਂ ਵੀ ਆਪਣੇ ਘਰੇ 2 ਮਿੰਟਾਂ 'ਚ ਤਿਆਰ ਕਰ ਸਕਦੇ ਹੋ ਕਾਲੇ ਚਣਿਆਂ ਨੂੰ ਚੰਗੇ ਤਰੀਕੇ ਨਾਲ ਧੋ ਕੇ ਆਪਾਂ 10 ਤੋਂ ਲੈ ਕੇ 12 ਘੰਟਿਆਂ ਵਾਸਤੇ ਇੱਕ ਭਾਂਡੇ ਦੇ ਵਿੱਚ ਕੱਢ ਕੇ ਪਾਣੀ ਪਾ ਕੇ ਨਮਕ ਪਾ ਕੇ ਇਹਨਾਂ ਨੂੰ ਰੱਖ ਦਾਂਗੇ ਤਾਂ ਕਿ ਚੰਗੇ ਤਰੀਕੇ ਨਾਲ ਇਹ ਫੁੱਲ ਜਾਣ ਆਹ ਲਓ ਜੀ ਇਸ ਤਰੀਕੇ ਨਾਲ ਆਪਾਂ ਨੇ 10 ਤੋਂ ਲੈ ਕੇ 12 ਘੰਟਿਆਂ ਵਾਸਤੇ ਰੱਖੇ ਸੀ ਅਗਲੇ ਦਿਨ ਆਪਾਂ ਨੇ ਆਲੂ ਤੇ ਆਪਣੇ ਕਾਲੇ ਚਣੇ ਵਧੀਆ ਭਿੱਜ ਗਏ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨੇ ਉਬਲਣੇ ਰੱਖਤਾ ਹੁਣ ਆਪਾਂ ਨੇ ਮੈਦੇ ਦੇ ਵਿੱਚ ਜੀ ਜੁਆਇਨ ਐਡ ਕਰਤੀ ਨਮਕ ਐਡ ਕਰਤਾ ਤੇ ਸਰੋਂ ਦੇ ਤੇ ਆਪਾਂ ਇਹਨੂੰ ਰੈਡੀ ਕਰਾਂਗੇ ਦੁਨੀਆ ਦੇ ਸਭ ਤੋਂ ਵੱਖਰੇ ਸਮੋਸੇ ਤਿਆਰ ਹੋਣਗੇ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਦੇਖੋਗੇ ਜੇ ਸਮੋਸੇ ਕਾਲੇ ਚਾਨੇ ਆਪਣੇ ਉਬਲ ਗਏ ਅਲੱਗ ਪਾਣਡੇ ਦੇ ਵਿੱਚ ਕੱਢ ਲੇ ਮੈਦੇ ਨੂੰ ਆਪਾਂ ਨੇ ਰੱਖਤਾ ਕੁ ਸਮੇਂ ਵਾਸਤੇ ਪਿਆਜ਼ ਨੂੰ ਤੇ ਲਾਲ ਟਮਾਟਰ ਨੂੰ ਤੇ ਹਰੀਆਂ ਮਿਰਚਾਂ ਨੂੰ ਤਿੰਨੇ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਨਾਲ ਕੱਟ ਕੇ ਬਰੀਕ ਕਰ ਲਾਂਗੇ ਇਹਨਾਂ ਦਾ ਆਪਾਂ ਤੜਕਾ ਤਿਆਰ ਕਰਨਾ ਇਹਨਾਂ ਨੂੰ ਬਹੁਤ ਜ਼ਿਆਦਾ ਨਹੀਂ ਜਾਇਜ ਬਰੀਕ ਵੀ ਨਹੀਂ ਕੱਟਣਾ ਬੜਾ ਮੋਟਾ ਵੀ ਨਹੀਂ ਕੱਟਣਾ ਠੀਕ ਹੈ ਜੀ ਮਿਰਚਾਂ ਲਾਲ ਟਮਾਟਰ ਸਾਰੀਆਂ ਚੀਜ਼ਾਂ ਆਪਾਂ ਰੈਡੀ ਕਰਾਂਗੇ ਇਸ ਤੋਂ ਬਾਅਦ ਤੇਲ ਪਾ ਕੇ ਕੜਾਈ ਦੇ ਵਿੱਚ ਸਭ ਤੋਂ ਪਹਿ ਬੰਦੇ ਹੋ ਨੇ ਇਸ ਤੋਂ ਬਾਅਦ ਲਾਲ ਟਮਾਟਰ ਆਪਾਂ ਐਡ ਕਰਾਂਗੇ ਲਾਲ ਟਮਾਟਰਾਂ ਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਭੁੰਨ ਕੇ ਹਲਦੀ ਮਿਰਚ ਤੇ ਨਮਕ ਆਪਾਂ ਨੇ ਐਡ ਕਰਤਾ ਜਿੰਨਾ ਕਿ ਤੁਹਾਡਾ ਟੇਸਟ ਹੈ ਉਸ ਹਿਸਾਬ ਨਾਲ ਤੁਸੀਂ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਗਰਮ ਮਸਾਲਾ ਇਹਦੇ ਵਿੱਚ ਐਡ ਕਰਤਾ ਇਹ ਚੀਜ਼ਾਂ ਪਾਉਣੀਆਂ ਨੇ ਤਾਂ ਪਾ ਲਓ ਨਹੀਂ ਪਾਉਣੀਆਂ ਤੁਹਾਡੀ ਆਪਣੀ ਮਰਜ਼ੀ ਹੈ ਟੇਸਟ ਜਿਹੜੇ ਆਪਣੇ ਕਾਲੇ ਜਣੇ ਉਬਲੇ ਹੋਏ ਸੀ ਇਹਨਾਂ ਨੂੰ ਆਪਾਂ ਨੇ ਪਾਤਾ ਵਿੱਚ ਮਸਾਲੇ ਦੇ ਤੇ ਤਿਆਰ ਕਰ ਲਿਆ ਆਲੂ ਆਪਣੇ ਉਬਲ ਗਏ ਸੀ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰਤਾ ਇਸ ਤੋਂ ਬਾਅਦ ਚੰਗੇ ਤਰੀਕੇ ਨਾਲ ਇਹਦੇ ਵਿੱਚ ਆਪਾਂ ਗੁੰਨ ਲੈਂਦੇ ਆ ਇਸ ਤੋਂ ਬਾਅਦ ਆਪਾਂ ਨੇ ਚੱਕ ਲਿਆ ਹੁਣ ਆਪਣਾ ਮੈਦਾ ਆਪਾਂ ਪਰੇੜੀ ਕਰਾਂਗੇ ਜੀ ਸਮੋਸਾ ਸਭ ਤੋਂ ਵੱਖਰਾ ਸਮੋਸਾ ਅਲੱਗ ਦਾ ਸਮੋਸਾ ਤੁਸੀਂ ਵੀ ਪਹਿਲੀ ਵਾਰੀ ਅਜਿਹੇ ਤਰੀਕੇ ਨਾਲ ਸਮੋਸਾ ਬਣਦਾ ਦੇਖਿਆ ਹੋਊਗਾ ਸਰੋਂ ਦਾ ਤੇਲ ਲਾ ਲਓ ਜੀ ਚੱਕਲੇ ਤੇ ਬੇਲਨੇ ਤੇ ਇਸ ਤੋਂ ਬਾਅਦ ਇਹ ਵਧੀਆ ਲੰਬੇ ਲੰਬੇ ਤਰੀਕੇ ਨਾਲ ਇਹ ਰੋਟੀ ਹੈ ਜਿਹੜੀ ਉਹ ਗੋਲ-ਗੋਲ ਬੇਲੀ ਜਾ ਸਕਦੀ ਹੈ ਜਿਵੇਂ ਆਪਾਂ ਬੇਲ ਰਹੇ ਐਸੇ ਤਰੀਕੇ ਨਾਲ ਤੁਸੀਂ ਬੇਲ ਲਿਓ ਤੇ ਇਸ ਤੋਂ ਬਾਅਦ ਇਹਦੇ ਵਿੱਚ ਕੱਟ ਲਾਉਣੇ ਨੇ ਸਭ ਤੋਂ ਜਿਹੜੀ ਮੇਨ ਗੱਲ ਹੈ ਸਮੋਸਾ ਬਣਾਉਣ ਦੀ ਐਸੇ ਤਰੀਕੇ ਨਾਲ ਤੁਸੀਂ ਕੱਟ ਲਾਉਣੇ ਨੇ ਚਾਕੂ ਨਾਲ ਜਦੋਂ ਤੁਹਾਡੀ ਇਹ ਜਿਹੜੀ ਰੋਟੀ ਹੈ ਉਹ ਬੇਲੀ ਗਈ ਆਹ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਕੱਟ ਲਾ ਲੈਣੇ ਨੇ ਆਹ ਸ਼ੇਪ ਬਣ ਗਈ ਐ ਇਸ ਤੋਂ ਬਾਅਦ ਇਹਦੇ ਵਿੱਚ ਪਾ ਲੋ ਜੀ ਤੁਸੀਂ ਜਿਹੜਾ ਆਪਣਾ ਮਟੀਰੀਅਲ ਮਿਕਸ ਕਰਿਆ ਹੋਇਆ ਐ ਇਸ ਤਰੀਕੇ ਨਾਲ ਇਹਨੂੰ ਇਕੱਠਾ ਕਰਨਾ ਐ ਆਪਾਂ ਨੇ ਸਮੋਸੇ ਨੂੰ ਆਹ ਲੋ ਜੀ ਇੱਕ ਤਹਾਂ ਇਧਰਲੀ ਇੱਕ ਤਹਾਂ ਇਧਰਲੀ ਇਸ ਤਰੀਕੇ ਨਾਲ ਕਰ ਕਰਕੇ ਤੁਸੀਂ ਇਹਨੂੰ ਇਕੱਠਾ ਕਰਨਾ ਐ ਸਮੋਸੇ ਨੂੰ ਤੇ ਦੇਖ ਬਣੂਗੀ ਬਾਖਮਾਲ ਤੁਹਾਡੇ ਮਹਿਮਾਨ ਵੀ ਕਹਿਣਗੇ ਵੀ ਯਾਰ ਆਹ ਅਲੱਗ ਦਾ ਸਮੋਸਾ ਕਿਵੇਂ ਤਿਆਰ ਕਰਿਆ ਹੋਇਆ ਠੀਕ ਐ ਆਹ ਲੋ ਜੀ ਇਸ ਤੋਂ ਬਾਅਦ ਇਹਨੂੰ ਬੰਦ ਕਰ ਦਿਓ ਇਧਰਲਾ ਹਿੱਸਾ ਜਿਹੜਾ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਬੰਦ ਕਰਕੇ ਸਾਈਡਾਂ ਇਹਦੀਆਂ ਬਣਾ ਦਾਂਗੇ ਤੇ ਇਸ ਤੋਂ ਬਾਅਦ ਸਾਰੇ ਸਮ ਕਵਾਰੀ ਆਪ ਦੇ ਘਰੇ ਤਿਆਰ ਕਰਕੇ ਦੇਖਿਓ ਹੁਣ ਬਾਰਸ਼ਾਂ ਦਾ ਟਾਈਮ ਹੈ ਆਪਣੇ ਘਰੇ ਕੜਾਈ ਦੇ ਵਿੱਚ ਕੁਛ ਨਾ ਕੁਛ ਬਣਦਾ ਰਹਿੰਦਾ ਪਰ ਤੁਸੀਂ ਇਹ ਸਮੋਸਾ ਆਇਡ ਜ਼ਰੂਰ ਕਰਕੇ ਦੇਖਿਓ ਦੇਖ ਵੀ ਇਹਦੀ ਬਾਲੀ ਸੋਹਣੀ ਬਣੂਗੀ ਆਸਾਨ ਤਰੀਕਾ ਬਿਲਕੁਲ ਤੇ ਖਾਣ ਦੇ ਵਿੱਚ ਟੇਸਟ ਬਾਕਮਾਲ ਜੇ ਤੁਸੀਂ ਸਾਡੇ ਵਾਲੇ ਤਰੀਕੇ ਨਾਲ ਤਿਆਰ ਕਰੋਗੇ ਆਹ ਲੋ ਜੀ ਸਾਰੇ ਸਮੋਸੇ ਆਪਣੇ ਰੈਡੀ ਹੋ ਗਏ ਇਸ ਤੋਂ ਬਾਅਦ ਕੜਾਈ ਦੇ ਵਿੱਚ ਆਪਾਂ ਤੇਲ ਘਿਓ ਜਿਹੜੀ ਚੀਜ਼ ਦੇ ਵਿੱਚ ਵੀ ਪਕਾਉਣਾ ਹੈ ਉਹ ਪਾ ਲਾਂਗੇ ਤੇ ਲਗਾਤਾਰ ਸਮੋਸੇ ਆਪਾਂ ਇਸ ਤਰੀਕੇ ਨਾਲ ਪਕਾਉਂਦੇ ਜਾਵਾਂਗੇ ਇੱਕਦਮ ਵਿੱਚ ਨਾ ਸੁੱਟੋ ਬਸ ਝਾਰਨੀ ਤੇ ਲਾ ਕੇ ਹਲਕਾ ਜਿਹਾ ਇਹਨਾਂ ਨੂੰ ਸੇਕਾ ਦੇ ਲੋ ਇਸ ਤੋਂ ਬਾਅਦ ਬਿਲਕੁਲ ਹਲਕੇ ਸੇਕ ਤੇ ਹੀ ਪਕਾਉਣੇ ਨੇ ਇਹ ਚੀਜ਼ ਧਿਆਨ ਰੱਖਿਓ ਸਿਲੰਡਰ ਤੁਹਾਡਾ ਬਿਲਕੁਲ ਘੱਟ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਮੈਦਾ ਹੈ ਉਹ ਚੰਗੇ ਤਰੀਕੇ ਨਾਲ ਪੱਕ ਜੇ ਤੇ ਜਿਹੜਾ ਸਮੋਸਿਆਂ ਦਾ ਟੈਸਟ ਹੈ ਉਹ ਬਾ ਕਮਾਲ ਬਣ ਜੇ ਬਿਲਕੁਲ ਵੱਖਰਾ ਬਣ ਜੇ ਲਓ ਜੀ ਬਿਲਕੁਲ ਟੇਸਟੀ ਸਮੋਸੇ ਨੇ ਜਿਹੜੇ ਉਹ ਆਪਣੇ ਖਾਣ ਵਾਸਤੇ ਰੈਡੀ ਨੇ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ